विक्रमजीत नूर दी कहानी दानपुण्य ਸਵੇਰੇ ਮੂੰਹ ਨੇਰੇ ਸੈਰ ਕਰਨ ਜਾਂਦੇ ਆ ਰਾਮ ਲਾਲ ਹਰ ਰੋਜ਼ ਡੇਰੇ ਮੱਥਾ ਟੇਕਣ ਤੋਂ ਪਹਿਲਾਂ ਨੇੜਲੀ ਸਾਫ਼ ਸੁਥਰੀ ਖੁੱਲੀ ਥਾਂ ਤੇ ਕੋਈ ਸੇਰ ਦੇ ਕਰੇਪ ਦਾਣੇ ਕਰੀਬ ਦਾਣੇ ਖਿਲਾਰ ਦਿੰਦਾ ਡੇਰੇ ਦੀ ਇਮਾਰਤ ਕਾਫੀ ਵਿਸ਼ਾਲ ਸੀ ਕਬੂਤਰ ਘੁਗੀਆਂ ਬਟੇਰੇ ਤੋਤੇ ਚਿੜੀਆਂ ਤੇ ਹੋਰ ਪੰਛੀ ਪਰਿੰਦੇ ਸਾਰਾ ਦਿਨ ਦਾਣੇ ਚੁਗਦੇ ਕਲੋਲਾਂ ਕਰਦੇ ਰਹਿੰਦੇ ਮੱਥਾ ਟੇਕਣ ਆਉਂਦੇ ਸਰਦਾਲੂਆਂ ਤੇ ਖਾਸ ਤੌਰ ਤੇ ਰਾਮ ਲਾਲ ਦੇ ਨਾਲ ਦੇ ਸੈਰ ਕਰਨ ਵਾਲੇ ਸਾਥੀਆਂ ਨੇ ਪਹਿਲੋ ਪਹਿਲ ਤਾਂ ਇਹਨੂੰ ਨੀਸੀ ਗੋਲਿਆ ਪਰ ਰਾਮ ਲਾਲ ਦੀ ਇਸ ਸ਼ੁਭ ਕਾਰਜ ਚ ਲਗਾਤਾਰਤਾ ਨੇ ਉਹਨਾਂ ਸਭਨਾਂ ਨੂੰ ਕਾਫੀ ਪ੍ਰਭਾਵਿਤ ਕਰ ਦਿੱਤਾ ਸੀ। ਉਹਨਾਂ ਦੇ ਦਿਲਾਂ 'ਚ ਰਾਮ ਲਾਲ ਪ੍ਰਤੀ ਡੇਰੇ ਜਿੰਨੀ ਸ਼ਰਧਾ ਪੈਦਾ ਹੋ ਗਈ ਸੀ। ਸਾਥੀ ਸੋਚਦੇ ਕਿ ਰਾਮ ਲਾਲ ਦੀ ਆੜਤ ਆਪਣੇ ਥਾ ਪਰ ਇਸ ਤਰ੍ਹਾਂ ਅਮਰਤ ਵੇਲੇ ਹਰ ਰੋਜ਼ ਦਾ ਉਪਰਾਲਾ ਜਾਂ ਉਦਮ ਆਪਣੇ ਆਪ ਚ ਪ੍ਰਸ਼ੰਸਾਯੋਗ ਸੀ। ਆਖਰ ਅਨਾਜ ਵੀ ਕਿਹੜਾ ਮੁਫਤ ਆਉਂਦਾ ਹੈ ਫਿਰ ਕੁਦਰਤ ਦੇ ਇਹਨਾਂ ਬੇਜ਼ੁਬਾਨ ਪੰਖਿਆਂ ਲਈ ਮੋਹ ਪਿਆਰ ਬੱਲੇ ਬੱਲੇ ਬਈ RAM LALA ਤੇ ਇੱਕ ਦਿਨ ਮੱਥਾ ਟੇਕਣ ਉਪਰੰਤ ਨਿਰੋਲ ਇਸੇ ਵਿਸ਼ੇ ਤੇ ਗੱਲ ਛੇੜ ਪਈ ਇੱਕ ਸਾਥੀ ਨੇ ਬਹੁਤ ਹੀ ਭਾਪੂਰਤ ਸ਼ਬਦਾਂ ਚ RAM LAL ਦੀ ਖੂਬ ਤਾਰੀਫ ਕੀਤੀ RAM LAL ਵੀ ਸਹਿਤ ਸੁਭਾਵਕ ਕਹਿਣ ਲੱਗਾ ਦੇਖੋ ਜੀ ਅੜ ਦਾ ਕੰਮ ਕੋਈ ਖਾਲਾ ਜੀ ਦਾ ਘਰ ਨਹੀਂ ਆ ਪੱਲੇਦਾਰੀ ਨਹੀਂ ਮਾਣ ਕਰਦੇ ਹੋਣਗੇ ਹੀਰਾ ਫੇਰੀਆਂ ਪਰ ਆਪਾਂ ਨਹੀਂ ਖੰਗਣ ਦਿੰਦੇ ਅਖੇ ਚਾਰ ਨਾ ਲਾਉਣ ਤੋਂ ਬਾਅਦ ਬਚੀ ਖੁਚੀ ਕਣਕ ਜਾਂ ਹੋਰ 180 ਲਜਾਣਾ। ਨਾਲ ਦਿਆਂ ਦੀ ਹੂੰ ਹਾਂ ਦੇ ਦੌਰਾਨ ਹੀ RAMLAL ਨੇ ਗਲਾ ਸਾਫ਼ ਕਰਦਿਆਂ ਅੱਗੇ ਕਿਹਾ ਸਾਲੇ ਨੰਗ ਕਿਸੇ ਥਾਂ ਦੇ ਇੱਕ ਦਿਨ ਤਾਂ ਇੱਕ ਮੁੰਡੂ ਜਏ ਨੇ ਮੇਰੇ ਤੋਂ ਵਾਵਾ ਕਰਾਰੇ ਥੱਪੜ ਵੀ ਖਾ ਲੇ। ਕੰਜਰ ਦਾ ਗੱਟਾ ਭਰ ਕੇ ਘਰ ਨੂੰ ਲਈ ਜਾਵੇ। RAMLAL ਨੇ ਦੱਸਿਆ ਆਪਾਂ ਤਾਂ ਨਿਕ ਸੁਖ ਸਾਫ਼ ਕਰਵਾ ਕੇ ਪੀਪੇ ਭਰ ਕੇ ਰੱਖ ਲੈਣੇ ਆ। ਸਾਰਾ ਸਾਲ ਨਹੀਂ ਮੁੱਕਦਾ ਵਿਚਾਰੇ ਪੰਛੀ ਚੁਗ ਚਗਾ ਲੈਂਦੇ ਆ ਹੋਰ ਕੀ ਸਾਥੀਆਂ ਨੇ ਕਦੋਂ ਦਾ ਹੰਗਾਰਾ ਭਰਨਾ ਛੱਡ ਦਿੱਤਾ ਸੀ RAMLAL ਨੂੰ ਇਸ ਗੱਲ ਦੀ ਖਬਰ ਬਿਲਕੁਲ ਨਹੀਂ ਸੀ ਧੰਨਵਾਦ